रविंदरपाल सिंह मिंकू की याद गुरमेल मेडिकल स्टोर पर मरीजों का फ्री मेडिकल चेकअप कैंप लगाया गया। इस कैंप में माहिर डॉक्टरों की टीम द्वारा मरीजों का फ्री हेल्थ चेकअप भी किया गया। इस दौरान मरीजों के सभी प्रकार के फ्री टेस्ट किए गए और साथ ही उन्हें मुफ्त में दवाइयां भी दी गई। को इस हलके दे विच बहुत वड्डी जरूरत सीगी क्योंकि इस हलके दे विच कोई भी ऐसा हॉस्पिटल नहीं है जिथे आम आदमी जाके अपना इलाज करा सके। अज दी तरीक च मेडिकल बहुत महंगा हो गया है ते फीस भी ते मेडिसिन भी जे लेनी होवे आम व्यक्ति दे बाहर होया वे उहदी आमदन तो बाहर है। अज गरमेल परिवार वल्लों गरमेल फार्मेसी साडे छोटे वीर रविंदरपाल मिंकू दे नाँ दे उत्ते इत्थे इन्हां ने खोलिया है और ये हार्ट डेंटिस्ट एम डी मेडिसन शूगर और सारे ना बड़ी गल है भी काला पीलिया जिदा टेस्ट बहुत महंगा टेस्ट है वो अज इतने फ्री कर रहे हैं सारे का। यहाँ पे मैं लास्ट एक ईयर से काम कर रही हूँ लेकिन यहाँ पे आके हम जैसे मेडिकल स्टोर पे हमने आके लोगों की सर्विस करने शुरू करी है तो ये देख के बहुत अच्छा लग रहा है। और बहुत पुअर पेशेंट आ रहे हैं जो अपनी दवाई नहीं परचेज़ कर सकते हैं। अभी दो तीन पेशेंट ऐसे देखे जिनके पास बिल्कुल भी पेमेंट नहीं थी तो हमने उनको 50-70% डिस्काउंट पे और फ्री भी मेडिसिन अवेलेबल कराई है। तो ये बहुत ही अच्छी एक अप्रोच है फ्यूचर के लिए भी और इससे बहुत सारे लोग लाभान्वित होंगे, उनको आगे फ्यूचर में भी अच्छा स्कोप मिलेगा। और जिन पेशेंट्स को यहाँ जो चीज़ अवेलेबल नहीं है उनको हम अपने मेडिविज हॉस्पिटल में बुला के उनकी मिनिमम से मिनिमम डिस्काउंट में उनको वो चीज़ प्रॉफिट करा रहे हैं। ਬੇਸਿਕਲੀ ਜੀ ਮੈਂ ਇਸ ਤੋਂ ਪਹਿਲਾਂ ESI ਹੋਸਪਿਟਲ ਵਿੱਚ ਹੁੰਦਾ ਸੀ, ਉਸ ਤੋਂ ਬਾਅਦ ਮੈਂ 1 ਸਾਲ ਗੁਰੂ ਤੇਗ ਬਹਾਦਰ ਹੋਸਪਿਟਲ ਵਿੱਚ ਵੀ ਲਗਾਇਆ ਅਤੇ ਹੁਣ ਅੱਜ ਕੱਲ੍ਹ ਮੈਂ ਸੁਹਾਨਾ ਹੋਸਪਿਟਲ ਵਿੱਚ ਐਜ਼ ਕੰਸਲਟੈਂਟ ਸਕਾਇਟਰਿਸਟ ਜੋਬ ਕਰ ਰਿਹਾ ਅਤੇ ਨਾਲ ਹੀ ਸਵਰਗੀ ਮਿੰਕੂ ਜੀ ਦੀ ਯਾਦ ਵਿੱਚ ਜੋ ਹੈ ਉਪਰਾਲਾ ਕੀਤਾ ਜਾ ਰਿਹਾ ਉਹਦੇ 'ਚ ਆਪਣਾ ਜਿਹੜਾ ਥੋੜ੍ਹਾ ਬਹੁਤ ਕੰਟਰੀਬਿਊਸ਼ਨ ਹੈਗਾ ਉਹ ਕਰ ਰਿਹਾ। ਮੈਂ ਸਰ ਬੇਸਿਕਲੀ ਨਿਊਰੋ ਸਕਾਇਟਰੀ ਅਤੇ ਡੀ ਐਡਿਕਸ਼ਨ ਦੇ ਪੇਸ਼ੈਂਟਸ ਦੇਖਦਾ। ਨਿਊਰੋਸਕਾਇਟਰੀ ਜਿਹਦੇ 'ਚ ਕਿ ਮਾਨਸਿਕ ਅਤੇ ਦਿਮਾਗੀ ਰੋਗ ਜਿੱਦਾਂ ਕਿ ਉਲਝਣ, ਘਬਰਾਹਟ, ਟੈਨਸ਼ਨ, ਡਿਪਰੈਸ਼ਨ ਦੇ ਮਰੀਜ਼, ਜਿਹੜੇ ਨਸ਼ੇ ਦੇ ਮਰੀਜ਼ ਹੁੰਦੇ ਨੇ ਜਿਵੇਂ ਕਿ ਸ਼ਰਾਬ ਹੋ ਗਿਆ, ਚਿੱਟਾ, ਹੈਰੋਇਨ, ਅਫੀਮ, ਤੰਬਾਕੂ, ਉੱਦਾਂ ਦੇ ਮਰੀਜ਼ ਅਤੇ ਵਹਿਮ ਭਰਮ ਵਾਲੇ ਜਾਂ ਬਾਈਪੋਲਰ ਵਾਲੇ ਜਾਂ ਮਿਰਗੀ ਦੇ ਬਿਮਾਰੀ ਵਾਲੇ ਉਹਨਾਂ ਮਰੀਜ਼ਾਂ ਦਾ ਇਲਾਜ ਦਾ ਸਪੈਸ਼ਲਿਸਟ ਹਾਂ। ਦੇਖੋ ਆਪਣੇ ਇੱਕ ਤਾਂ ਸਾਰਿਆਂ ਨੂੰ ਇਹ ਗਲਤ ਫਹਿਮੀ ਹੈ ਕਿ ਹਾਰਟ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਮੈਨੂੰ ਪਹਿਲੇ ਸਿਮਟਮਸ ਹੋਣਗੇ, ਮੈਨੂੰ ਪਹਿਲੇ ਕੁਝ ਹੋਊਗਾ, ਉਸ ਤੋਂ ਬਾਅਦ ਮੈਨੂੰ ਹੋਏਗਾ। ਬਹੁਤ ਵਾਰੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਜੀ ਮੈਂ ਤਾਂ ਬਿਲਕੁਲ ਠੀਕ ਹਾਂ, ਮੈਨੂੰ ਹਾਰਟ ਦੀ ਪ੍ਰੋਬਲਮ ਹੋ ਹੀ ਨਹੀਂ ਸਕਦੀ, ਮੈਂ ਤਾਂ ਤੁਰਦਾ ਫਿਰਦਾ, ਮੈਨੂੰ ਕੋਈ ਤਕਲੀਫ ਨਹੀਂ ਹੁੰਦੀ, ਮੈਨੂੰ ਤਾਂ ਬਸ ਇੱਥੇ ਗੈਸ ਜੀ ਬਣਦੀ ਹੈ। 30% ਪੇਸ਼ੈਂਟਸ 'ਚ ਇਹ ਪ੍ਰੋਬਲਮ ਹੁੰਦੀ ਹੈ ਕਿ ਉਹ ਆਪਣੀ ਗੈਸ ਨੂੰ ਸਮਝ ਲੈਂਦੇ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਅਤੇ ਉਹਨੂੰ ਇਗਨੋਰ ਕਰਦੇ ਚਲੇ ਜਾਂਦੇ, ਫਿਰ ਬਾਅਦ 'ਚੋਂ ਮੇਜਰ ਅਟੈਕ ਆਉਣ ਦਾ ਰਿਸਕ ਰਹਿੰਦਾ ਹੈਗਾ। ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਆਪਣੇ ਇੰਡੀਅਨਸ ਵਿੱਚ ਹਾਰਟ ਦੀ ਪ੍ਰੋਬਲਮ 10 ਸਾਲ ਪਹਿਲੇ ਹੁੰਦੀ ਹੈ ਐਜ਼ ਕੰਪੇਅਰ ਟੂ ਬਾਹਰਲੇ ਜਿਹੜੇ ਕੰਟਰੀਜ਼ ਹੈਗੇ ਗੋਰਿਆਂ ਦੇ ਵਿੱਚ, ਉਹਨਾਂ ਤੋਂ ਕੰਪੈਰੇਟਿਵਲੀ 10 ਸਾਲ ਪਹਿਲੇ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ, ਜਿਹਦੇ ਕਰਕੇ ਕਿ ਜਿਹੜੀ ਬੜੀ ਯੰਗ ਆਪਣੀ ਪਾਪੂਲੇਸ਼ਨ ਹੈ, ਜਿਹੜੇ ਕੰਮ ਕਰੂ ਲੋਕ ਹੈਗੇ, ਜਿਹੜੇ ਪੂਰਾ ਘਰ ਸਾਂਭਦੇ ਆ, ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈਗੀ ਹੈ। ਅਤੇ ਇਹਦਾ ਕਾਰਨ ਇਹ ਹੈਗਾ, ਇੱਕ ਤਾਂ ਆਪਣਾ ਖਾਣ ਪੀਣ 'ਚ ਆਪਣੇ ਇੰਡੀਅਨਸ ਜਿਹੜੇ ਹੈਗੇ ਆ ਉਹ ਬਹੁਤ ਕਾਰਬੋਹਾਈਡਰੇਟ ਰਿਚ ਫੂਡ ਖਾਂਦੇ ਆ, ਮਾਨੇ ਕਿ ਚਾਵਲ ਬਹੁਤ ਜ਼ਿਆਦਾ ਖਾ ਲੈਣਗੇ, ਪਰੌਂਠੇ ਸਬਜ਼ੀਆਂ ਘੱਟ ਖਾਂਦੇ ਆ, ਚਾਵਲ, ਰੋਟੀ, ਬਰੈਡਾਂ, ਇਹ ਚੀਜ਼ਾਂ ਜ਼ਿਆਦਾ ਖਾਂਦੇ ਆ। ਅਤੇ ਐਕਟੀਵਿਟੀ ਲੈਵਲ ਬਹੁਤ ਘੱਟ ਗਿਆ ਆਪਣੇ ਪੰਜਾਬੀਆਂ 'ਚ ਸਪੈਸ਼ਲੀ, ਕਿਉਂਕਿ ਲੋਕ ਬੈਠ ਕੇ ਜ਼ਿਆਦਾ ਕੰਮ ਕਰਦੇ ਹੈਗੇ ਆ, ਜਾਂ ਕੋਈ ਡਰਾਈਵਰ ਹੈ ਪੂਰਾ ਦਿਨ ਗੱਡੀ ਚਲਾਉਂਦਾ ਰਹਿੰਦਾ, ਤਾਂ ਵਾਸਤੇ ਘੱਟ ਉਮਰ ਵਿੱਚ ਆਪਣੇ ਪੰਜਾਬੀਆਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਹਾਰਟ ਦੀ। ਅਤੇ ਇਹਨੂੰ ਆਪਾਂ ਨੂੰ ਬਹੁਤ ਜ਼ਿਆਦਾ ਮਾਸ ਅਵੇਅਰਨੈਸ ਦੀ ਲੋੜ ਹੈਗੀ ਹੈ ਕਿ ਇੱਕ ਤਾਂ ਡਾਈਟ ਆਪਾਂ ਨੂੰ ਖਾਣ ਪਾਣ ਆਪਣਾ ਬਦਲਣਾ ਪੈਣਾ ਹੈਗਾ, ਬਦਲਣ ਦੇ 'ਚ ਸਬਜ਼ੀ ਜ਼ਿਆਦਾ ਖਾਈਏ, ਫਰੂਟਸ ਜ਼ਿਆਦਾ ਖਾਈਏ, ਇਹ ਚੀਜ਼ਾਂ ਜ਼ਿਆਦਾ ਖਾਣੀਆਂ ਚਾਹੀਦੀਆਂ ਡਾਈਟ ਵਿੱਚ। ਕੋਡ